कि तड़के उठ के डंड मारदा ते पींदा दुध दा छन्ना है। आ दुनिया के टॉप मल्लां च नाम नाम बड़ वालिया मन्ना है, नाम बड़ वालिया मन्ना है। माण है सारे पिंड नूं, सब दुनिया ते माण है, सब नूं माण है इहदा। कोई अपने रोल मॉडल बन जांदे हैं, आपां बचपन च किसे नूं देखदे हैं। तुसीं किहड़ा मेला देखिया पहला जिंदगी दा, भी असीं मल्ल बनना? पहला साढ़े इहदा लागे इत्थे दुआबे च बहुत दंगल हुंदे आ, दंगलां जांदे सीगे। इहदा सब तों पहला तां परमिंदर भलवान नूं देखिया है, जिहदा छोटे परमिंदर भलवान डोंगछड़ी, परमिंदर भलवान डोंगछड़ी उहनां नूं पहलां देखिया। ਸਤਾਰਾਂ ਦੇ ਵਿੱਚ ਮੈਂ ਜਿਹੜਾ ਗਿਆ ਸੀ ਕੈਨੇਡਾ ਖੇਲਾ, ਅਤੇ ਕੈਨੇਡਾ ਕੇਸਰੀ ਦੰਗਲ ਹੁੰਦਾ, ਆਪਣੇ ਕਾਕਾ ਹਰਜੀਤ ਭਲਾਨ, ਆਪਣੇ ਰਾਬਰਟ ਡੱਬੇ ਵਾਲੇ ਉਹ ਕਰਾਉਂਦੇ ਉੱਥੇ ਦੰਗਲ ਜਿੱਦਾਂ, ਅਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਵੀ ਉੱਥੇ ਦੰਗਲ ਲੜਨ ਦਾ, ਕੈਨੇਡਾ ਕੇਸਰੀ ਦੰਗਲ। ਕਿ ਤੜਕੇ ਉੱਠ ਕੇ ਡੰਡ ਮਾਰਦਾ ਅਤੇ ਪੀਂਦਾ ਦੁੱਧ ਵਾਲਾ ਛੰਨਾ ਏ, ਆਹ ਦੁਨੀਆਂ ਦੇ ਟੌਪ ਮੱਲਾਂ 'ਚ ਨਾਮ ਬੜ ਵਾਲੀਆ ਮੰਨਾ ਏ, ਆ ਦੁਨੀਆਂ ਦੇ ਟੌਪ ਮੱਲਾਂ ਦੇ ਵਿੱਚ ਨਾਮ ਬਾੜੂ ਵਾਲੀਆਂ ਮੰਨਾ ਹੈ। ਸੋ ਆ ਜਾਓ ਅੱਜ ਜਿਹੜਾ ਵਾਲੋ ਬਾੜੂ ਵਾਲੀਏ ਮੰਨੇ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਅਤੇ ਚੱਲਦੇ ਹਾਂ ਬਾਈ ਦੇ ਘਰੇ। ਕੀ ਹਾਲ ਹੈ, ਹੋਰ ਕਹਿਵਾਂ ਸਿੱਧਾ ਬਾੜੂ ਵਾਲੀਏ ਮੰਨੇ ਦੇ ਘਰੇ ਪਹੁੰਚੇ ਹਾਂ ਅੱਜ, ਅਤੇ ਦੁਆਬੇ ਦਾ ਮਾਣ ਹੈ ਸਾਡਾ ਵੀ। ਆਓ ਚੱਲੀਏ, ਬਾੜੂ ਵਾਲੀਏ ਮੰਨੇ ਦਾ ਘਰ ਹੈ, ਔਰ ਲਾਲੋ ਮਜ਼ਾਰਾ ਪਿੰਡ ਹੈ। ਦੁਆਬੇ ਦਾ ਜੇ ਗੱਲ ਕਰੀਏ ਬਹੁਤ ਘੈਂਟ ਪਿੰਡ ਹੈ। ਕਿ ਤੜਕੇ ਉੱਠ ਕੇ ਡੰਡ ਮਾਰਦਾ ਅਤੇ ਪੀਂਦਾ ਦੁੱਧ ਦਾ ਛੰਨਾ ਏ, ਆਹ ਦੁਨੀਆਂ ਦੇ ਟੌਪ ਮੱਲਾਂ 'ਚ ਨਾਮ ਨਾਮ ਬੜ ਵਾਲੀਆ ਮੰਨਾ ਏ, ਨਾਮ ਬੜ ਵਾਲੀਆ ਮੰਨਾ ਏ। ਸੋ ਰੰਗ ਜ਼ਿੰਦਗੀ ਦੇ ਸ਼ੋਅ ਦੇ ਵਿੱਚ ਅੱਜ ਆਪਾਂ ਪੁੱਜੇ ਹਾਂ ਬੜ ਵਾਲੀਏ ਮੰਨੇ ਦੇ ਕੋਲ, ਔਰ ਦੁਨੀਆਂ ਦੀਆਂ ਸਿਖਰਾਂ 'ਤੇ ਜੇ ਗੱਲ ਕਰੀਏ ਮੱਲੀ ਦੇ ਇਤਿਹਾਸ ਦੀ ਗੱਲ ਕਰੀਏ ਵੱਡਾ ਨਾਮ, ਔਰ ਇੱਕ ਤੋਂ ਇੱਕ ਜਿਹੜੇ ਮੱਲਾਂ ਦੀ ਜਿਹੜੀ ਗੋਡੜੀ ਲਵਾਈ ਹੈ। ਔਰ ਅਗਰ ਜੇ ਪਿੱਛੇ ਦੇਖਾਂ ਤਾਂ ਜਿਹੜੀ ਝੜੀ ਲੱਗੀ ਪਈ ਹੈ ਇਨਾਮਾਂ ਦੀ, ਗੁਰਜਾਂ ਦੀ। ਸੋ ਦੁਆਬੇ ਦਾ ਮਾਣ ਹੈ ਅੱਜ ਸਾਡੇ ਸ਼ੋਅ ਦੇ ਵਿੱਚ ਪੁੱਜਿਆ ਹੈ, ਸੋ ਬੜਾ ਧੰਨਵਾਦ ਹੈ। ਔਰ ਰੰਗ ਜ਼ਿੰਦਗੀ ਦੇ ਸ਼ੋਅ ਦੇ ਵਿੱਚ ਭਲਵਾਨ ਮੰਨੇ ਬਾੜੂ ਵਾਲੀ ਹੈ, ਬਹੁਤ ਬਹੁਤ ਤੁਹਾਡਾ ਸਵਾਗਤ। ਥੈਂਕ ਯੂ ਬਾਈ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਦਾਂ ਮੈਨੂੰ ਲਾਈਵ 'ਤੇ ਲੈ ਕੇ ਆਉਣ ਲਈ। ਭਲਵਾਨ ਜੀ, ਦੁਆਬੇ 'ਚ ਬੈਠੇ ਹਾਂ ਆਪਾਂ, ਔਰ ਤੁਹਾਡੇ ਤਾਂ ਪਿੰਡਾਂ ਦੀ ਨੁਹਾਰ ਹੀ ਵੱਖਰੀ ਹੈ, ਔਰ ਕੋਠੀਆਂ ਦੀ ਕੀ ਰਾਜ ਹੈ, NRI ਜ਼ਿਆਦਾ ਨੇ? ਇੱਥੇ NRI ਥੋੜ੍ਹੇ ਜ਼ਿਆਦਾ, ਜਿੱਦਾਂ ਸਾਰੇ ਤਕਰੀਬਨ ਬਾਹਰੇ ਗਏ ਆ। ਹਾਂਜੀ, ਇੱਥੇ ਥੋੜ੍ਹਾ ਘੱਟ ਹੀ ਰਹਿੰਦੇ ਸਾਰੇ। ਹਾਂਜੀ, ਅਤੇ ਦੁਨੀਆ ਮੱਲੀ ਦੇ ਵਿੱਚ ਦੁਨੀਆ ਬਹੁਤ ਘੱਟ ਆਉਂਦੀ ਹੈ, ਔਰ ਮੱਲੀ ਦੇ ਵਿੱਚ ਅਣਥੱਕ ਮਿਹਨਤ ਹੈ, ਔਰ ਟਾਇਰ ਸਪੱਟਿਆਂ ਡੰਡਾਂ ਦੀ ਕੋਈ ਗਿਣਤੀ ਨਹੀਂ ਹੁੰਦੀ, ਔਰ ਕਿਵੇਂ ਖਿਆਲ ਬਣ ਗਿਆ ਵੀ ਇਸ ਪਾਸੇ ਨੂੰ ਆਉਣਾ? ਮੇਰੇ ਜਿੱਦਾਂ ਨਾਨਾ ਜੀ ਪਹਿਲਾਂ ਕਰਦੇ ਸੀ ਭਲਵਾਨੀ, ਜਿੱਦਾਂ ਆਪਣੇ ਸਮੇਂ ਦੇ ਵਿੱਚ ਥੋੜ੍ਹਾ ਸੀ ਉਸ ਟਾਈਮ ਜਿੱਦਾਂ, ਅਤੇ ਉਸ ਤੋਂ ਬਾਅਦ ਮੇਰੇ ਜਿੱਦਾਂ ਭੂਆ ਦੇ ਮੁੰਡੇ ਲੜਕੇ ਸੀਗੇ ਉਹਨਾਂ ਦੇ ਨਾਲ, ਮੈਂ ਉਦੋਂ 7 ਕੁ ਸਾਲ ਦਾ ਸੀ, ਉਹਨਾਂ ਨੂੰ ਇੱਥੇ ਦੇਖਣਾ ਡੰਬਲ ਡੁੰਬਲ ਜਿੱਦਾਂ ਉਹਨਾਂ ਦੇ ਨਾਲ ਲਾਉਣੇ, ਮਿਹਨਤ ਉਹਨਾਂ ਨੂੰ ਲਾਉਂਦੇ ਸੀ ਉਹਨਾਂ ਦੇ ਨਾਲ, ਬਸ ਇੱਦਾਂ ਹੀ ਥੋੜ੍ਹਾ ਥੋੜ੍ਹਾ ਜਿੱਦਾਂ ਕਹਿ ਲਓ, ਫਿਰ ਇੱਦਾਂ ਹੀ ਸ਼ੌਂਕ ਪੈ ਗਿਆ। ਹਾਂਜੀ, ਸੋ ਮੰਨੇ ਬਾਈ, ਮਤਲਬ ਜਨਮ ਆਪਣਾ ਬਾੜੂ ਵਾਲ ਪਿੰਡ ਦਾ? ਨਹੀਂ, ਬਾੜੂ ਵਾਲ ਮੇਰਾ ਅਖਾੜਾ ਹੈ। ਹਾਂਜੀ, ਮੇਰਾ ਜਨਮ ਜਿਹੜਾ ਲਾਲੋ ਮਜ਼ਾਰਾ ਪਿੰਡ ਆ, ਲਾਲੋ ਮਜ਼ਾਰਾ ਅੱਜ ਜਿੱਥੇ ਆਪਾਂ ਬੈਠੇ ਹਾਂ ਇਹ ਲਾਲੋ ਮਜ਼ਾਰਾ ਪਿੰਡ ਹੈ, ਇੱਥੇ ਦੇ ਤੁਸੀਂ ਜੰਮਪਲ ਹੋ, ਅਤੇ ਸਕੂਲਿੰਗ ਹੁੰਦੀ ਹੈ, ਅਤੇ ਸਕੂਲਿੰਗ ਕਿੱਥੋਂ ਤੱਕ ਹੁੰਦੀ ਹੈ ਅਤੇ ਕਿੱਥੇ ਤੱਕ ਪੜ੍ਹੇ ਹੋ ਤੁਸੀਂ? ਮੈਂ +2 ਕੀਤੀ ਹੈ ਇੱਦਾਂ, ਉਹ ਤੋਂ ਬਾਅਦ ਜਿੱਦਾਂ ਕਾਲਜ ਜਾਣ ਦਾ ਨਹੀਂ ਮਨ ਬਣਿਆ, ਅਤੇ ਗੇਮ ਵੱਲ ਥੋੜ੍ਹਾ ਜ਼ਿਆਦਾ ਧਿਆਨ ਸੀਗਾ, ਮਿਹਨਤ ਵੱਲ ਜਿੱਦਾਂ ਉੱਧਰ ਨੂੰ ਜਾਣ ਦਾ ਨਹੀਂ ਬਣਿਆ। ਕਰਨਾਣਾ ਪਿੰਡ ਤੋਂ ਮੈਂ +1 +2 ਕੀਤੀ ਆ, ਅਤੇ ਝਿੰਗੜਾਂ ਤੋਂ ਮੇਰੀ ਬਾਕੀ ਹੋਈ ਆ ਜਿਹੜੀਆਂ। ਅਤੇ ਕਰਨਾਣਾ ਪਿੰਡ ਤੋਂ ਤੁਸੀਂ +1 +2 ਕੀਤੀ, ਆਰਟਸ ਰਾਹੀਂ ਕੀਤੀ, ਅਤੇ ਮੱਲੀ ਦੀ ਦੁਨੀਆ ਦੇ ਵਿੱਚ ਉਹ ਤੋਂ ਬਾਈ ਜਦੋਂ ਚਾਈਲਡਹੁੱਡ ਪੀਰੀਅਡ ਹੁੰਦਾ, ਬਚਪਨ ਹੁੰਦਾ ਆਪਣਾ, ਅਤੇ ਆਪਾਂ ਕੋਈ ਆਪਣੇ ਰੋਲ ਮਾਡਲ ਬਣ ਜਾਂਦੇ ਹਾਂ, ਆਪਾਂ ਬਚਪਨ 'ਚ ਕਿਸੇ ਨੂੰ ਦੇਖਦੇ ਹਾਂ, ਤੁਸੀਂ ਕਿਹੜਾ ਮੇਲਾ ਦੇਖਿਆ ਪਹਿਲਾਂ ਜ਼ਿੰਦਗੀ ਦਾ ਵੀ ਅਸੀਂ ਮੱਲ ਬਣਨਾ? ਪਹਿਲਾਂ ਸਾਡੇ ਇੱਦਾਂ ਲਾਗੇ ਇੱਥੇ ਦੁਆਬੇ 'ਚ ਬਹੁਤ ਦੰਗਲ ਹੁੰਦੇ ਆ, ਦੰਗਲਾਂ ਜਾਂਦੇ ਸੀਗੇ ਜਿੱਦਾਂ, ਪਹਿਲਾਂ ਤਾਂ ਪਰਮਿੰਦਰ ਭਲਵਾਨ ਨੂੰ ਹੀ ਦੇਖਿਆ ਸੀ ਜਿੱਦਾਂ ਛੋਟੇ, ਪਰਮਿੰਦਰ ਭਲਵਾਨ ਡੋਂਗਛੜੀ,
ਪਰਮਿੰਦਰ ਭਲਾਂਡੂ ਛੱਡੇ ਉਹਨਾਂ ਨੂੰ ਪਹਿਲਾਂ ਦੇਖਿਆ ਅਤੇ ਕਾਫੀ ਜਿੱਦਾਂ ਲੋਕ ਇਹ ਵੀ ਜਿੱਦਾਂ ਜਦੋਂ ਤਕੜਾ ਹੋਇਆ ਕਾਫੀ ਲੋਕ ਇਹ ਵੀ ਕਹਿੰਦੇ ਸੀਗੇ ਵੀ ਤੇਰੀ ਜਿਹੜੀ ਦਿੱਖ ਆ ਜਿੱਦਾਂ ਉਹ ਭਲਵਾਨ ਵਰਗਾ ਨੇਚਰ ਵੀ ਸ਼ਾਂਤ ਜਿਹਾ ਉਸ ਭਲਵਾਨ ਵਰਗਾ ਤੁਹਾਡੀ ਦਿੱਖ ਵੈਸੇ ਵੀ ਪਰਮਿੰਦਰ ਬਾਈ ਵਰਗੀ ਹੈ ਜਿਵੇਂ ਦਾ ਸਰੀਰ ਪਰਮਿੰਦਰ ਭਲਵਾਨ ਹੋਣਾ ਦਾ ਸੀਗਾ ਉਵੇਂ ਦੇ ਜਿਹੜੀ ਤੁਹਾਡੀ ਫੋਟੋਆਂ ਦੇ ਵਿੱਚ ਤੁਹਾਡਾ ਸਰੀਰ ਆ ਰਿਹਾ। ਅੱਛਾ ਅਤੇ ਦੰਗਲ ਪਹਿਲਾਂ ਜਿਹੜਾ ਉਹ ਤੁਸੀਂ ਦੁਆਬੇ ਇਲਾਕੇ ਦੇ ਦੇਖਣੇ ਸਟਾਰਟ ਕੀਤੇ? ਹਾਂਜੀ, ਪਹਿਲਾ ਦੰਗਲ ਇੱਥੇ ਸਾਡੇ ਲਾਗੇ ਪਿੰਡ ਆ ਮਹੂਦਪੁਰ, ਇੱਥੋਂ 3 ਕਿਲੋਮੀਟਰ ਆ, ਉੱਥੇ ਪਹਿਲਾ ਦੰਗਲ ਦੇਖਿਆ ਸੀਗਾ। ਕੋਈ ਤੁਸੀਂ ਦੰਗਲਾਂ ਦੇ ਵਿੱਚ ਜਾਂਦੇ ਹੋ ਅਤੇ ਉਹ ਕਿਹੜਾ ਟਾਈਮ ਹੈ ਅਤੇ ਜਦੋਂ ਤੁਸੀਂ ਅਖਾੜਾ ਬਾੜੋਵਾਲ ਜੁਆਇਨ ਕਰਦੇ ਹੋ ਕਿਹੜੇ ਸਨ ਦੀ ਗੱਲ ਆ? ਮੈਂ 2009 ਦੇ ਵਿੱਚ ਬਾੜੋਵਾਲ ਗਿਆ ਸੀਗਾ। ਹਾਂਜੀ, ਸਟਾਰਟਿੰਗ ਮੇਰੀ ਹੋਈ ਸੀ 99 ਦੇ ਵਿੱਚ, ਮੈਂ 99 ਦੇ ਵਿੱਚ ਸਟਾਰਟ ਕੀਤੀ ਸੀ ਭਲਵਾਨੀ, ਅਤੇ 2009 ਦੇ ਵਿੱਚ ਮੈਂ ਬਾੜੋਵਾਲ ਜਿੱਦਾਂ ਮੈਂ ਗਿਆ ਸੀਗਾ। 99 ਤੋਂ ਤੁਸੀਂ ਲਗਾਤਾਰ ਚੱਲਦੇ ਆ ਰਹੇ ਹੋ, ਪਹਿਲਾਂ ਜਿਹੜੀ ਮੱਲੀ ਤੁਸੀਂ ਕੀਤੀ ਮੈਟ 'ਤੇ ਕੀਤੀ? ਪਹਿਲਾਂ 10 ਸਾਲ ਮੈਟ 'ਤੇ ਕੀਤੀ। ਹਾਂਜੀ, ਉਹ ਤੋਂ ਬਾਅਦ ਫਿਰ ਜਿੱਦਾਂ ਮੈਟ ਵੱਲ ਥੋੜ੍ਹਾ ਘੱਟ ਹੋ ਗਿਆ, ਫਿਰ ਥੋੜ੍ਹਾ ਮਿੱਟੀ ਵੱਲ ਹੋ ਗਏ ਸੀਗੇ। ਹਾਂਜੀ, ਅਤੇ ਬਾੜੋਵਾਲ ਅਖਾੜੇ 'ਚ ਉਸ ਟਾਈਮ ਕਿੰਨੇ ਮੁੰਡੇ ਸੀ? ਬਾੜੋਵਾਲ ਅਖਾੜੇ 'ਚ ਉਸ ਟਾਈਮ ਕਾਫੀ ਤਕੜੇ ਭਲਵਾਨ ਸੀਗੇ, ਪਰ ਮੈਂ ਆਪਣੇ ਹਰਵਿੰਦਰ ਭਲਵਾਨ ਸੀਗਾ ਇਸ ਟਾਈਮ, ਸਾਰੇ ਕੈਨੇਡਾ ਪੰਮਾ ਭਲਵਾਨ ਚੜੇਰਾ ਅਤੇ ਬੱਬੂ ਭਲਵਾਨ, ਇਹ ਸਾਰੇ ਬੜੇ ਮੱਲ ਸੀਗੇ ਸਾਡੇ ਅਖਾੜੇ ਦੇ ਵਿੱਚ। ਅਤੇ ਬਾੜੋਵਾਲ ਕਿਹੜੇ ਭਲਵਾਨ ਨੇ, ਕਿਹੜੇ ਉਸਤਾਦ ਨੇ ਜਿਨ੍ਹਾਂ ਦੀ ਤੁਸੀਂ ਸ਼ਾਗਿਰਦੀ ਹਾਸਿਲ ਕੀਤੀ ਹੈ? ਮੈਂ ਜਿੱਦਾਂ ਰਣਜੀਤ ਸਿੰਘ ਭਲਵਾਨ ਆ, ਰਾਣਾ ਭਲਵਾਨ, ਅਤੇ ਮੇਰੇ ਲਈ ਜਿੱਦਾਂ ਰੱਬੀ ਰੂਪ ਆ ਉਹ ਬੰਦੇ, ਜਿੱਦਾਂ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ, ਮੈਂ ਕਦੇ ਜ਼ਿੰਦਗੀ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਮੁਕਾਮ 'ਤੇ ਕਦੇ ਪਹੁੰਚੂੰਗਾ ਨਾ, ਅਤੇ ਉਹਨਾਂ ਨੇ ਮੈਨੂੰ ਇਸ ਮੁਕਾਮ 'ਤੇ ਲੈ ਕੇ ਆਉਂਦਾ। ਦੇਖੋ, ਰਾਣਾ ਭਲਵਾਨ ਜੇ ਗੱਲ ਕਰੀਏ ਇਸ ਇਲਾਕੇ ਦੇ ਵਿੱਚ ਮੱਲਾਂ ਦੇ ਉੱਤੇ ਬਹੁਤ ਵੱਡਾ ਹੱਥ ਹੈ ਔਰ ਮੱਲਾਂ ਦੇ ਉੱਤੇ ਬੜਾ ਵੱਡਾ ਨਾਮ ਹੈ ਰਾਣੇ ਭਲਵਾਨ ਦਾ। ਰਾਣਾ ਭਲਵਾਨ ਬਾੜੋਵਾਲ ਇਸ ਇਲਾਕੇ ਦੀ ਮਾਣ ਮੱਤੀ ਸ਼ਖਸੀਅਤ ਹੈ ਜਿਨ੍ਹਾਂ ਨੇ ਇਕੱਲਾ ਮੰਨਾ ਨਹੀਂ, ਬਾੜੋਵਾਲ ਦੇ ਵਿੱਚ ਇਕੱਲਾ ਕੀਰਤੀ ਨਹੀਂ, ਇਕੱਲਾ ਛੋਟਾ ਜੱਸਾ ਨਹੀਂ, ਵੱਡਾ ਜੱਸਾ ਨਹੀਂ, ਅਨੇਕਾਂ ਮੱਲ ਜਿਹੜੇ ਤਿਆਰ ਕੀਤੇ ਆ। ਸੋ ਅੱਜ ਦੇਖੋ ਇੱਕ ਕੋਚ ਦੇ ਨਾਲ ਪਿਆਰ ਜਿਹੜਾ ਉਹ ਲਫ਼ਜ਼ਾਂ ਦੇ ਵਿੱਚ ਵਿਆਹ ਹੁੰਦਾ ਜਾ ਰਿਹਾ। ਸੋ ਗੱਲਬਾਤ ਹੋਰ ਕਰਾਂਗੇ ਅਤੇ ਮੰਨੇ ਬਾਈ ਜ਼ਿੰਦਗੀ ਦੇ ਉਤਾਰ ਚੜ੍ਹਾਅ ਆਉਂਦੇ ਹੈ ਅਤੇ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਟਫ ਕੁਸ਼ਤੀ ਅੱਜ ਤੱਕ ਦੀ ਕਿਹੜੀ ਹੋਈ ਹੈ? ਟਫ ਮੇਰੀ ਪ੍ਰਿੰਸ ਭਲਵਾਨ ਨਾਲ ਹੋਈ ਸੀ, ਕਹਾਲੀ ਵਾਲੇ। ਹਾਂਜੀ, ਇਹ ਹੋਈ ਸੀ 2014 ਦੇ ਵਿੱਚ, ਜਿਸ ਟਾਈਮ ਪ੍ਰਿੰਸ ਭਲਵਾਨ ਉਦੋਂ ਫੁੱਲ ਫਿੱਟ ਸੀਗੇ, 2014 ਦੀ ਗੱਲ ਆ। ਹਾਂਜੀ, ਅਤੇ ਕਿਵੇਂ ਹੋਈ ਕੁਸ਼ਤੀ ਫਿਰ? ਉਹ ਕੁਸ਼ਤੀ ਜਿੱਦਾਂ ਜਿਸ ਹਿਸਾਬ ਦਾ ਉਹਨਾਂ ਦਾ ਚੱਲਦਾ ਸੀਗਾ ਉਸ ਹਿਸਾਬ ਨਾਲ ਤਾਂ ਮੈਂ ਬਹੁਤ ਥੱਲੇ ਸੀਗਾ, ਪਰ ਜਦੋਂ ਘੋਲ ਚੱਲੀ ਤਾਂ ਫਿਰ ਕੁਛ ਹੋਰੇ ਮੋਹਰੇ ਆਇਆ, ਜਿੱਦਾਂ ਕੁਛ ਮਿਹਨਤ ਜ਼ਿਆਦਾ ਰੱਖ ਲਓ ਜਾਂ ਫਿੱਟ ਉਸ ਟਾਈਮ ਜ਼ਿਆਦਾ ਸੀਗਾ ਮੈਂ, ਅਤੇ ਉਹ ਪਹਿਲੀ ਘੋਲ ਸੀ ਮੇਰੀ ਜਦੋਂ ਮੇਰਾ ਬੜਿਆ ਮੱਲਾਂ ਦੇ ਵਿੱਚ ਨਾਮ ਆ ਗਿਆ ਸੀਗਾ, ਅਤੇ 28 ਮਿੰਟ ਕੁਸ਼ਤੀ ਹੋਈ ਸੀ, ਪੁਆਇੰਟ ਵੀ ਬਾਹਰ ਵਿੱਚ ਲਿਆ ਸੀ, ਅਤੇ ਸਾਰੀ ਕੁਸ਼ਤੀ ਹੱਥ ਵੀ ਥੋੜ੍ਹੇ ਵੱਧ ਵਜੇ। ਕਿਹੜੀ ਜਗ੍ਹਾ ਹੋਈ ਕੁਸ਼ਤੀ? ਇਹ ਮੋਰਾ ਵਾਲੀ ਪਿੰਡ ਹੋਈ ਸੀ, ਮੋਰਾ ਵਾਲੀ ਹੋਈ ਸੀ। ਹਾਂਜੀ, ਦੇਖੋ ਪੰਜਾਬ ਦੇ ਵਿੱਚ 5 ਮੋਰਾ ਵਾਲੀਆਂ ਨੇ ਪਰ ਦੁਆਬੇ ਦੀ ਮੋਰਾ ਵਾਲੀ ਉਹਨਾਂ ਵਿੱਚੋਂ ਇੱਕ ਹੈ, ਅਤੇ ਉਸ ਕੁਸ਼ਤੀ ਦੰਗਲ ਦੇ ਵਿੱਚ ਪ੍ਰਿੰਸ ਕੋਹਾਲੀ ਵਾਲੇ ਨਾਲ ਜਿਹੜੀ ਪਹਿਲੀ ਕੁਸ਼ਤੀ ਹੋਈ ਜਿਹੜੀ ਟਫ ਕੁਸ਼ਤੀ ਸੀ, ਅਤੇ ਉਹ ਕੁਸ਼ਤੀ ਦਾ ਰਿਜ਼ਲਟ ਕੀ ਰਿਹਾ? ਉਹ ਕੁਸ਼ਤੀ ਪੁਆਇੰਟ 'ਤੇ ਜਿੱਦਾਂ ਮੈਂ ਜਿੱਤ ਗਿਆ ਸੀਗਾ। ਤੁਸੀਂ ਪੁਆਇੰਟ ਦੇ ਉੱਤੇ ਜੇਤੂ ਰਹੇ ਪ੍ਰਿੰਸ ਕੋਹਾਲੀ ਨੂੰ ਜਦ ਚੜ੍ਹਦੀਆਂ ਸਿਖਰਾਂ 'ਤੇ ਪ੍ਰਿੰਸ ਕੋਹਾਲੀ ਸੀ? ਹਾਂਜੀ ਹਾਂਜੀ, ਉਸ ਟਾਈਮ ਦੀ ਗੱਲ। ਹਾਂਜੀ, ਉਸ ਟਾਈਮ 2014 ਦੀ ਗੱਲ ਹੈ। ਹਾਂਜੀ, ਅਤੇ ਦਰਬਦਰ ਸਮਾਂ ਲੰਘਦਾ ਜਾ ਰਿਹਾ ਔਰ ਸਮਾਂ ਲੰਘਿਆ ਵੀ ਔਰ ਦੁਨੀਆ ਦੇ ਮੈਂ ਕਹਿੰਦਾ ਅਜੇਤੂ ਮੱਲ ਹੀ ਕਹਿਣਾ, ਐਨ ਟੋਪ ਟੋਪ ਦੇ ਮੱਲ ਤੁਸੀਂ ਗੋਡੜੀ ਲਵਾਈ ਹੈ, ਔਰ ਉਹਨਾਂ ਸਮਿਆਂ ਦੇ ਵਿੱਚ ਵੇਟ ਕਿੰਨਾ ਹੁੰਦਾ ਸੀ? ਜਿਸ ਟਾਈਮ ਫੁੱਲ ਫਿੱਟ ਸੀਗਾ ਉਸ ਟਾਈਮ ਮੇਰਾ 1 ਕੁਇੰਟਲ 4 ਕਿਲੋ ਭਾਰ ਸੀਗਾ। 1 ਕੁਇੰਟਲ 4 ਕਿਲੋ ਵੇਟ? ਹਾਂਜੀ ਹਾਂਜੀ। ਅਤੇ ਪਹਿਲਾਂ ਜਿੱਦਾਂ ਮੈਂ  112 ਕਰਦਾ ਹੁੰਦਾ ਸੀ, ਉਹ ਤੋਂ ਬਾਅਦ ਫਿਰ ਜਦੋਂ 9ਵੀਂ ਆਉਣੀ ਉਹ ਤੋਂ ਬਾਅਦ ਫਿਰ ਮਿਹਨਤ ਦੇ ਨਾਲ ਘਟਾਉਣਾ, ਫਿਰ 1-4-5 ਤੱਕ ਵੀ ਬੋਡੀ ਵਾਨ ਪੂਰਾ ਜ਼ੋਰ ਮਾਰਨੇ ਸ਼ੁਰੂ ਕਰ ਦਿੰਦੀ। ਅਤੇ ਮੰਨੇ ਬਾਈ ਡੇਲੀ ਰੂਟੀਨ ਦੇ ਵਿੱਚ ਦੰਗਲ ਚੱਲਦੇ ਆ ਇੱਥੇ ਔਰ ਤੁਸੀਂ ਘੁਲਦੇ ਹੋ, ਅਤੇ ਮਿਹਨਤ ਦਾ ਕੀ ਸ਼ਡਿਊਲ ਰਹਿੰਦਾ ਫਿਰ ਤੁਹਾਡਾ? ਮਿਹਨਤ ਜਿੱਦਾਂ ਜ਼ਿਆਦਾਤਰ ਤਾਂ ਭਲਵਾਨ ਲੋਕ ਹੀ ਮਿਹਨਤ ਕਰਦੇ ਆ, ਜੀ ਜਿਹੜੀ ਕਿਸੇ ਨਾਲੋਂ ਐਕਸਟਰਾ ਕਰਨੀ ਆ ਉਹ ਫਲ ਦਿੰਦੀ। ਜਿੱਦਾਂ ਮੈਂ ਜਾਂ ਸਵੇਰ ਨੂੰ, ਚਲੋ ਕਿਸੇ ਨੂੰ ਇੰਨਾ ਨਹੀਂ ਪਤਾ ਸੀਗਾ, ਅਤੇ ਮੈਂ ਜਿੱਦਾਂ 2 ਕੁ ਵਜੇ ਉੱਠ ਕੇ ਸਵੇਰ ਨੂੰ ਲਾ ਕੇ ਆਪਣੀ ਢਾਈ ਦੇ ਆਪਣੇ 4 ਕੁ ਵਜੇ ਤੱਕ ਮੈਂ ਸੌਂ ਜਾਂਦਾ ਸੀ, 7 ਵਜੇ ਦੁਬਾਰਾ ਫਿਰ ਗਰਾਊਂਡ ਪਹੁੰਚ ਜਾਣਾ, ਉੱਥੇ ਜਾ ਕੇ ਉਹਨਾਂ ਦੇ ਨਾਲ ਐਕਸਟਰਾ। ਹਾਂਜੀ, ਅਤੇ ਭਲਵਾਨ ਜੀ ਤੁਸੀਂ ਸਿਖਰਾਂ ਜਿਹੜੀਆਂ ਚੜ੍ਹਦੇ ਹੋ ਔਰ ਪੌੜੀਆਂ ਦੀ ਦਰ ਬਦਰ ਜਿਹੜੀ ਮੱਲੀ ਦੀਆਂ ਪੌੜੀਆਂ ਤੁਸੀਂ ਚੜ੍ਹਦੇ ਜਾਂਦੇ ਹੋ, ਕਿਹੜੇ ਕਿਹੜੇ ਮੱਲਾਂ ਨਾਲ ਕੁਸ਼ਤੀਆਂ ਹੋਈਆਂ ਫਿਰ? ਤਕਰੀਬਨ ਤਾਂ ਜਿੰਨੇ ਬੜੇ ਮੱਲ ਆ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਦੇ ਨਾਲ ਹੱਥ ਜੁੜੇ ਆ,
ਜਿਨ੍ਹਾਂ ਨੂੰ ਮੈਂ ਕਦੇ ਜਿੱਦਾਂ ਬੈਠ ਕੇ ਦੇਖਦਾ ਹੁੰਦਾ ਸੀਗਾ ਵੀ ਕਦੇ ਕੋਲ ਕਦੇ ਹੋਊਗੀ, ਪਰ ਉਹਨਾਂ ਦੇ ਨਾਲ ਜਦੋਂ ਹੱਥ ਜੁੜੇ ਫਿਰ ਮਤਲਬ ਯਕੀਨ ਨਹੀਂ ਹੁੰਦਾ ਸੀ ਵੀ ਮੈਂ ਵੀ ਉੱਥੇ ਤੱਕਰ ਪਹੁੰਚ ਗਿਆ। ਹਾਂਜੀ, ਅਤੇ ਕਿਹੜੇ ਮੱਲ ਸੀ, ਨਾਮ ਦੱਸੋਗੇ ਦੋ ਚਾਰ ਦੇ? ਸਭ ਤੋਂ ਜ਼ਿਆਦਾ ਦੇਖਦਾ ਹੁੰਦਾ ਸੀਗਾ ਜਿੱਦਾਂ ਪਰਮਿੰਦਰ ਭਲਾ ਨੂੰ ਤਾਂ ਪਹਿਲਾਂ ਦੇਖਦੇ ਸੀ ਜ਼ਿਆਦਾ, ਤਾਂ ਉਹਨਾਂ ਵਰਗਾ ਬਣਦਾ ਸੀਗਾ ਵੀ ਜਿੱਦਾਂ ਕਾਫ਼ੀ ਚੱਲਦੇ ਸੀ ਕੁਸ਼ਤੀ ਦੇ ਵਿੱਚ। ਪਰ ਕਮਲ ਭਲਵਾਨ ਨਾਲ ਮੇਰੀਆਂ ਕੁਸ਼ਤੀ ਹੋਈ ਆ, ਲੱਡੂ ਭਲਵਾਨ ਜੀ ਨਾਲ ਵੀ ਹੋਈ ਕੁਸ਼ਤੀਆਂ, ਬਾਕੀ ਹੋਰ ਜਿੰਨੇ ਡੂਮ ਛੇੜੀਖੜ 'ਚ ਦੋ ਨੰਬਰ ਮੱਲ ਆ, ਮਤਲਬ ਕਿ ਉਹਨਾਂ ਸਾਰਿਆਂ ਨਾਲ ਹੋਈਆਂ, ਬਾਕੀ ਹੋਰ ਜਿੰਨੇ ਪੰਜਾਬ 'ਚ ਖਾੜੇ ਆ ਉਹਨਾਂ ਤਕਰੀਬਨ ਸਾਰੇ ਬੜੇ ਮੱਲਾਂ ਨਾਲ ਹੱਥ ਜੁੜੇ ਆ। ਅਤੇ ਭਾਅ ਜੀ ਮੱਲੀ ਚੱਲਦੀ ਰਹੀ ਅਤੇ ਤੁਸੀਂ ਮੱਲੀ ਦੇ ਨਾਲ ਅੱਗੇ ਵੱਧਦੇ ਰਹੇ, ਅਤੇ ਜਿਹੜਾ ਮੱਲੀ ਦੇ ਵਿੱਚ ਟਾਈਮ ਪੀਰੀਅਡ ਸੀਗਾ ਉਹਦੇ ਵਿੱਚ ਤੁਹਾਡੇ ਨਾਲ ਅਤਿਕਥਨੀਆਂ ਹੋਈਆਂ, ਕੋਈ ਮਤਲਬ ਮਾੜੀ ਗੱਲ ਕਹਿ ਦਿੰਦੇ ਆਪਾਂ, ਕਹਿ ਦਿੰਦੇ ਵੀ ਮਾੜੀ ਹੋਈ ਯਾਰ, ਅਤੇ ਉਹ ਕਿਹੜੀਆਂ ਗੱਲਾਂ ਸੀ? ਜਿੱਦਾਂ ਦੰਗਲ ਦੇ ਵਿੱਚ ਜਦੋਂ ਪਹੁੰਚ ਜਾਣਾ ਮੈਨੂੰ, ਜਦੋਂ ਜਿੱਥੇ ਮੇਰਾ ਪੈਸਿਆਂ ਦਾ ਟਾਈਮ ਆਉਣਾ, ਜਿੱਦਾਂ ਮੈਨੂੰ ਜਿਹੜੇ ਦੇਣੇ ਆ, ਮੇਰੇ ਨੂੰ ਦੇਣਾ 20,000, ਜਿੱਦਾਂ ਜਿਹੜਾ ਮੇਰੇ ਤੋਂ ਅਪੋਜਿਟ ਕੀਤਾ ਹੋਣਾ ਉਹਨੂੰ ਮਿਲਣਾ 60-70,000 ਰੁਪਈਆ, ਮਤਲਬ ਕਿ ਉਹਦਾ ਬੈਕ ਗੇਅਰ ਵੀ ਅਸੀਂ ਪਾਉਣਾ ਅਤੇ ਉਹਨੂੰ ਢਾਉਣਾ ਵੀ ਅਸੀਂ, ਅਤੇ ਪੈਸੇ ਵੀ ਉਹਦੇ ਨਾਲੋਂ ਘੱਟ ਮਿਲਣੇ। ਇਹ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ, ਪਰ ਮੈਂ ਪੈਸੇ ਵੱਲੋਂ ਬਹੁਤ ਘੱਟ ਜਾਂਦਾ ਸੀ, ਮੈਨੂੰ ਇੱਦਾਂ ਹੁੰਦਾ ਸੀ ਮੇਰਾ ਮਤਲਬ ਕਿ ਮੈਨੂੰ ਖੁਸ਼ੀ ਫੀਲ ਹੁੰਦੀ ਸੀ ਮੇਰਾ ਨਾਂ ਆ ਰਿਹਾ ਉੱਪਰ, ਮੈਨੂੰ ਆਪਣੇ ਨਾਂ ਨਾਲੋਂ ਵੱਧ ਕੇ ਇੱਦਾਂ ਕੁਛ ਇੱਦਾਂ ਹੈ ਨਹੀਂ ਸੀ। ਪਰ ਬਹੁਤ ਕਮੇਟੀਆਂ ਧੱਕਾ, ਕਈ ਸਿੰਘਾਂ 'ਚੋਂ ਤਾਂ ਮੈਂ ਨਹੀਂ ਵੀ ਪੈਸੇ ਲੈ ਕੇ ਆਏ, ਜਿੱਦਾਂ 42 ਮਿੰਟ ਕੁਸ਼ਤੀ ਕਰਾ ਤੀ, ਕਹਿ ਦਿੰਦੇ ਬਰਾਬਰ ਨੂੰ ਪੈਸੇ ਨਹੀਂ ਦੇਣੇ। ਬਾਅਦ ਵਿੱਚ ਉਹ ਕਮੇਟੀਆਂ ਤੋਂ ਮੈਂ ਇੱਦਾਂ ਹੀ ਕਈ ਇੱਕ ਦੋ ਸਿੰਝਾਂ ਇੱਦਾਂ ਦੀਆਂ ਹੋਈਆਂ ਏਰੀਏ ਦੇ ਵਿੱਚ ਜਿੱਥੋਂ ਮੈਂ ਨਹੀਂ ਪੈਸੇ ਲਏ, ਇੱਦਾਂ ਮੁੜਿਆ ਸੀ। ਦੇਖੋ ਭਲਵਾਨਾਂ ਦਾ ਦਰਦ ਜਿਹੜਾ ਹੈ ਉਹ ਭਲਵਾਨ ਹੀ ਜਾਣਦੇ ਨੇ। ਆਪਾਂ ਇੱਕ ਮੱਲ ਨੂੰ 60-70,000 ਰੁਪਇਆ ਦਿੰਦੇ ਹਾਂ ਔਰ ਦੂਸਰੇ ਮੱਲ ਨੂੰ 15-20,000 ਰੁਪਇਆ ਦਿੰਦੇ ਹਾਂ, ਇਹ ਦੰਗਲ ਕਮੇਟੀਆਂ ਦਾ ਕਿਤੇ ਨਾ ਕਿਤੇ ਜਿਹੜਾ ਨਜ਼ਰੀਆ ਬਹੁਤ ਗਲਤ ਹੈ। ਭਲਵਾਨ ਨਾਲ ਕੁਸ਼ਤੀਆਂ ਹੋਈਆਂ, 2-3 ਕੁਸ਼ਤੀਆਂ 'ਤੇ ਭਲਵਾਨ ਦਾ ਦਿਲ ਟੁੱਟਿਆ ਅਤੇ ਅੱਜ ਦਿਲ ਦੀ ਜਿਹੜੀ ਰਮਜ਼ਾ ਨੇ ਉਹ ਬਾਹਰ ਨਿਕਲੀਆਂ। ਆਪਾਂ ਅਗਰ ਦੰਗਲ ਕਮੇਟੀਆਂ ਨੂੰ ਵੀ ਮੇਰੀ ਇਹ ਬੇਨਤੀ ਆ, ਆਪਾਂ ਕੁਸ਼ਤੀਆਂ ਕਰਾਉਂਦੇ ਹਾਂ, ਕੁਸ਼ਤੀਆਂ ਕਰਵਾਉਂਦੇ ਹਾਂ ਸਰਬੱਤ ਦੇ ਭਲੇ ਵਾਸਤੇ, ਚੜ੍ਹਦੀ ਕਲਾ ਵਾਸਤੇ ਔਰ ਮੱਲੀ ਨੂੰ ਪ੍ਰਮੋਟ ਕਰਨ ਵਾਸਤੇ। ਸਾਡਾ ਇਹ ਕੋਈ ਹੱਕ ਨਹੀਂ ਵੀ ਇੱਕ ਭਲਵਾਨ ਜੋ ਚੜ੍ਹਦੀ ਵਰੇਸ ਦੇ ਵਿੱਚ 15,000-20,000 ਰੁਪਇਆ ਲੈ ਕੇ ਜਾਏ ਔਰ ਇੱਕ ਭਲਵਾਨ ਜਿਹੜਾ 60-70,000 ਰੁਪਇਆ ਲੈ ਕੇ ਜਾਏ, ਇਹ ਬਹੁਤ ਗਲਤ ਗੱਲ ਹੈ। ਸੋ ਸਾਰੀਆਂ ਦੰਗਲ ਕਮੇਟੀਆਂ ਨੂੰ ਸਾਡੇ ਇਸ ਇੰਟਰਵਿਊ ਰਾਹੀਂ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਹਰ ਇੱਕ ਮੱਲ ਨੂੰ ਉਹਦੀ ਕਾਬਲੀਅਤ ਅਨੁਸਾਰ ਔਰ ਬਰਾਬਰਤਾ ਦੇ ਨਾਲ ਦੇਖਿਆ ਜਾਵੇ, ਸੋ ਸਾਡੀ ਦਿਲੋਂ ਰਿਕੁਐਸਟ ਹੈ। ਸੋ ਗੱਲਾਂ ਬਾਤਾਂ ਹੋਰ ਕਰਦੇ ਹਾਂ ਮੰਨੇ ਭਲਵਾਨ ਜੀ, ਅਤੇ ਉਸ ਤੋਂ ਬਾਅਦ ਤੁਹਾਡਾ ਬਾਹਰ ਦੇ ਟੂਰ ਲੱਗਦੇ ਹੈ ਅਤੇ ਤੁਸੀਂ ਕੈਨੇਡਾ ਚਲੇ ਜਾਂਦੇ ਹੋ, ਅਤੇ ਕਿਵੇਂ ਰਿਹਾ ਬਾਹਰ ਤੁਸੀਂ ਘੁਲ ਕੇ ਆਉਂਦੇ ਹੋ ਅਤੇ ਕਿਹਦੇ ਨਾਲ ਤੁਹਾਡੀ ਕੁਸ਼ਤੀ ਹੁੰਦੀ ਹੈ? ਅਤੇ ਮੈਡਲ ਮੈਂ ਦੇਖਿਆ ਕੈਨੇਡਾ ਦੇ ਵੀ ਜਿਹੜੇ ਰੈਸਲਿੰਗ ਕਲੱਬ ਦੇ ਮੈਡਲ ਪਏ ਨੇ, ਸੋ ਗੱਲਾਂ ਬਾਤਾਂ ਜਿਹੜੀਆਂ ਫੋਰਨ ਦੀਆਂ ਵੀ ਸਾਡੇ ਨਾਲ ਸ਼ੇਅਰ ਕਰੋ। 2016 ਦੇ ਵਿੱਚ ਮੈਂ ਇੱਕਦਾਂ ਗਿਆ ਸੀ ਕੈਨੇਡਾ ਖੇਲਣ, ਉੱਥੇ ਕੈਨੇਡਾ ਕੇਸਰੀ ਦੰਗਲ ਹੁੰਦਾ, ਆਪਣੇ ਕਾਕਾ ਹਰਜੀਤ ਭਲਾਨ ਆਪਣੇ ਰਾਬ ਡੱਬੇ ਵਾਲੇ ਉਹ ਕਰਾਉਂਦੇ ਉੱਥੇ ਦੰਗਲ ਜਿੱਦਾਂ, ਅਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਸੀ ਉੱਥੇ ਦੰਗਲ ਲੜਨ ਦਾ, ਕੈਨੇਡਾ ਕੇਸਰੀ ਦੰਗਲ ਮੈਂ ਲੜਿਆ। ਕੈਨੇਡਾ ਕੇਸਰੀ ਦੰਗਲ ਕਿਹੜੇ ਕਾਕਾ ਜੀ ਭਲਵਾਨ ਜੀ? ਹਰਜੀਤ ਭਲਵਾਨ ਜੀ ਕੈਨੇਡਾ ਕੇਸਰੀ ਦੰਗਲ ਕਰਾਉਂਦੇ ਨੇ ਕੈਨੇਡਾ ਦੇ ਵਿੱਚ। ਕਿਹੜੀ ਸਿਟੀ ਜੀ? ਸਰੀ ਦੇ ਵਿੱਚ, ਠੀਕ ਹੈ। ਅੱਛਾ, ਉਹ ਦੰਗਲ ਦੇ ਵਿੱਚ ਤੁਸੀਂ ਜਾਂਦੇ ਹੋ? ਹਾਂਜੀ, ਉਹ ਮੈਂ 3 ਸਾਲ ਲਗਾਤਾਰ ਮੈਂ ਉਹ ਦੰਗਲ ਲੜਿਆ। ਹਾਂਜੀ, ਤੁਸੀਂ 3 ਸਾਲ ਲਗਾਤਾਰ ਕੈਨੇਡਾ ਦੇ ਵਿੱਚ ਰਹਿੰਦੇ ਹੋ ਜਾਂ 3 ਸਾਲ ਬੁਲਾਏ ਜਾਂਦੇ ਹੋ? ਅਪ ਡਾਊਨ, ਹਾਂਜੀ ਕਰ ਰਹਿੰਦਾ। ਹਾਂਜੀ, ਹਾਂਜੀ। ਉਹਦਾ ਫਿਰ ਕੀ ਰਿਜ਼ਲਟ ਆਉਂਦੇ ਨੇ ਉੱਥੇ, ਕਿਹਦੇ ਕਿਹੜੇ ਭਲਵਾਨ ਨਾਲ ਕੁਸ਼ਤੀਆਂ ਹੁੰਦੀਆਂ ਤੁਹਾਡੀਆਂ? ਪਹਿਲਾਂ ਤਾਂ ਜਿੱਦਾਂ ਜਿਸ ਸਾਲ ਮੈਂ ਪਹਿਲਾਂ ਗਿਆ ਸੀਗਾ ਉਸ ਸਾਲ, ਇੱਕ ਤਾਂ ਆਪਣੇ ਇੰਡੀਆ ਦਾ ਭਲਵਾਨ ਸੀਗਾ ਜਿੱਦਾਂ, ਉਹ ਪਹਿਲਾਂ ਉਹ ਚਿੱਤ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਮੇਰਾ ਅਮੈਰੀਕਾ ਦੇ ਨਾਲ ਮੁੰਡੇ ਦੇ ਨਾਲ ਕੁਸ਼ਤੀ ਹੋਈ ਸੀ ਅਤੇ ਉਹਨੂੰ ਪੁਆਇੰਟਾਂ ਦੇ ਆਧਾਰ 'ਤੇ ਉਹਨੂੰ ਹਰਾਇਆ ਸੀ। ਉਸ ਤੋਂ ਬਾਅਦ ਫਿਰ ਮੇਰੇ ਐਂਡਲੀ ਕੁਸ਼ਤੀ 'ਤੇ ਮੇਰੇ ਸੱਟ ਲੱਗ ਗਈ ਸੀਗੀ, ਉਹ ਫਿਰ ਕੈਨੇਡਾ ਦਾ ਸੀਗਾ ਮੁੰਡਾ ਉਹਦੇ ਨਾਲ। ਜਿਵੇਂ ਦੇਖਿਆ ਜਾਈਏ ਕੈਨੇਡਾ ਇੰਟਰਨੈਸ਼ਨਲ ਭਲਵਾਨ ਹੈ ਔਰ ਕੈਨੇਡਾ ਦੀ ਸੈਰ ਕੀਤੀ ਔਰ ਕੈਨੇਡਾ ਦੇ ਵਿੱਚ ਜਿਹੜੀ ਵੱਡੀ ਮੱਲੀ ਕੀਤੀ ਹੈ, ਹਰਜੀਤ ਸਾਡੇ ਵੱਡੇ ਵੀਰ ਪ੍ਰਮੋਟਰ ਨੇ ਉਹਨਾਂ ਦੀ ਵੱਡੀ ਜਿਹੜੀ ਦੇਣ ਹੈ ਅਤੇ ਭਲਵਾਨ ਨੂੰ ਮੌਕਾ ਦਿੱਤਾ ਅਤੇ ਕੈਨੇਡਾ ਦੀ ਧਰਤੀ ਦੇ ਉੱਤੇ ਭਲਵਾਨ ਛਾ ਕੇ ਆਏ ਆ, ਸੋ ਵੱਡੇ ਮਾਣ ਵਾਲੀ ਗੱਲ ਹੈ। ਉੱਥੇ ਜਿੱਥੇ ਭਲਵਾਨ ਜੀ ਤਕੜੇ, ਜਿੱਥੇ ਤਕੜੇ ਦੀ ਗੱਲ, ਚੜ੍ਹਦੇ ਸੂਰਜਾਂ ਦੀ ਗੱਲ ਹੈ, ਉੱਥੇ ਰੱਬ ਨਾ ਕਰੇ ਕਿਤੇ ਅਤਿਕਥਨੀ ਹੋ ਜਾਂਦੀ ਹੈ, ਕਿਤੇ ਸੱਟ ਵੱਜ ਜਾਂਦੀ ਹੈ। ਤੁਹਾਡੇ 2019 ਦੇ ਵਿੱਚ ਸੱਟ ਵੱਜੀ? 2016 'ਚ, 2016 ਦੇ ਵਿੱਚ ਤੁਹਾਡੇ ਸੱਟ ਵੱਜਦੀ ਹੈ ਔਰ ਤੁਹਾਡੇ ਨੀਂਹ ਦੇ ਉੱਤੇ
मतलब सट डैमेज ज़्यादा हो जाता है, और उस तो बाद जो सफ़र वो किमें फिर कर गेम फिर कंटिन्यू रखी जा कि जिस टाइम पहला सट लगी 2016 उस टाइम तो इदा चढ़ती बरेस है फुल फिट थी, जो उधर सीजन शुरू होने वाला सी उधरों सट लग गई थी। तो फिर भी मैं इदा ऑपरेट तो बाद मैं 6 महीने चार पाँच महीने बाद मैं दोबारा बैकअप मतलब कि आ गया सीगा, पर मैं नहीं मैनू मौका मिलया उस साल। फिर उस तो बाद फिर मैं 6 महीने होर वेट की, फिर फुल फिट हो गए, मैं फिर दोबारा आने तैयारी की। जदों एक प्लेयर दे सट बजदी है प्लेयर घरे बैठ जाता है, अज की दुनिया का दस्तूर है चढ़दे नू सलामा ने, फिर कोई नहीं पुछूगा थोनों भी तुसी कौन हो की हो, तो थोड़ी इंपोर्टेंस जिहड़ी घट जाती है ये दुनियादारी है। ये गुस्सा ना करियो क्योंकि सच जो वो कौड़ा है वो चुभदा है, क्योंकि किसी फट्टड़ प्लेयर ते ना कोई प्रमोटर पैसा लाउंदा है और ना कोई हाथ फड़दा वो माड़े टाइम दे विच। सो थोड़े 16 दे विच सट लगती है और उस बाद तुसी गेम कंटिन्यू करते हो पर वो मुकाम नहीं मिलता, ये सट दे दौरान थोड़े किहड़े किहड़े बंदे थोड़े नाल हैल्प दे विच आए? वो तो पहला तो जिदा जे मेरे गुरु जी आ राणा भलवान जी, उन्हों का मेरे सिर पर फिर भी जिदा मतलब पहला हाथ से उदे हाथ रहा, फोन भी आता रहा, मिलन भी आते रहे। तो उस तो बाद जिदा मैं कहूँगा सारे तुम जानते ही जस्सा भलवान पट्टी वाले, उन्होंने भलवान जी का मैनू जिदा एक हल्लाशेरी भी बहुत दिती, तो दूजा थोड़ी हैल्प भी जिदा कह लो कि मेरी हैल्प भी की, तो मैनू इदा मैंटली स्ट्रोंोंग भी उन्होंने किया, कोई नहीं लगदी रहनियाँ गहना हों ना, तो भलवाना का तो उन्होंने मेरे ज़्यादा मतलब कि रहा। देखो ड्यूरिंग द जड़ा सट वाले पीरियड के जड़ी इंजरी पीरियड है, सट वाले पीरियड के जो बंदा नाल खड़ जाए वो वाकई जड़ा माड़े समय के नाल इंसान खड़ जाए वाकई हीरा हों। सो जस्सा भलवान कोई जान पहचान का मोहताज नहीं, अज की दुनिया का जे गल करिए रुस्तम मल है और जस्से भलवान के जेडे बतौर फोन आए वीर और जस्से भलवान ने जी पूरी मोढ़े ना मोढ़ा जोड़ के हैल्प की। जस्से भलवान ना हुई कुश्ती? हाँ जी जस्से भलवान मेरिया 4 कुश्तियाँ हुई हैं। वो की रिजल्ट रहे चारा जी? फर्स्ट टाइम पहली कुश्ती हुई रामे वाल पिंड हुई थी, जस्से भलवान ने मैं 5 कमेंट चिटा लिया, उस तो बाद तलवण पिंड हुई थी वह कुश्ती 14 कमेंट हुई थी, फिर इधर कराली लागे घोल हुई थी वह भी इन्ना क टाइम हुई थी, एक कुश्ती हुई थी बलेरा पिंड वो 25 मिनट कुश्ती चली थी भलवान। हाँ जी सो जिथे जस्सा पट्टी है ना चोटी का मल रहा है और जस्से पट्टी के नाल पूरी हाथ जोड़िया रही मन्ने भलवान दी भी एक जड़ा स्टारी दौर जड़ा मल्ले भलवान ने मल्ली की दुनिया के खटिया है और अपने पिंड लालू मजारे का ना जिहड़ा है वो पूरा जिहड़ा वो दुनिया के नक्शे के उत्ते चमकाया। सो गल्लां बातां होर करांगे ते बई हुण 2016 तो बाद तुसी कंटिन्यू मतलब मल्ली की पर प्रॉपर मुकाम नहीं मिलिया, तो हुण जिहड़ा लाइफस्टाइल है उहदे विच की करदे हो तुसी, मतलब हुण वाले लाइफस्टाइल दे विच किवें सफरिंग कर रहे हो? मेरे जिद्दां 2019 दे विच मेरे दुबारा फिर जिहड़ा सट लग गई सी, फिर 2020 फिर मेरा ऑपरेट होया दोबारा गोडे का, तो वो टाइम मेरे लिए बहुत ज़्यादा जिदा मुश्किल से कला जहा नहीं जिदा बंदा हो जाता जिस टाइम तो सारा कुछ कोल आ उस टाइम तो सारे पुछते हैं, फिर उस तो बाद एकदम जिदा साड़ी सुन पै जाती है लाइफ के बच्चे कल ने वो टाइम मैं बहुत औखा कटिया, तो हूँ जिदा भलवानी तो थोड़ा जहा हट के पिछे हो गया जिदा हूँ थोड़ा बॉडी वेट 20-22 किलो भार हूँ मैं अपना जिदा घट कर लिया हूँ अपना नैचुरली जिदा कह लो कि अपना नॉर्मली लाइफ मैं जी रहा। भलवान फैमिली मैं सुनया फॉरनर है, उस तो पहला तुसी बहुत गुरबत की जिंदगी जीने गरीबी दौर देखा है तो माँ प्यो की बड़ी मेहर रही कि मैं रहा सारी लाइफ पीरियड जोड़ा है? गरीबी भाजी बहुत देखी है जिदा स्कूल प्लस टू तकर या 10वीं तकर जाने बैग भी कोल हों नहीं, तो चलो इस गल का कहता भाजी लगो आ मैं जी मतलब कि अपनी यूनिफॉर्म है मतलब कि अपनी ड्रैस है ना वह भी मैं किसी की पा के जाता हूँ जी। क्या बात है इन्ना दौर। तो उस तो बाद फिर जिदा मेरे डैड जिदा चलो महाराज की मेहर
ਤਾਂ ਡੈਡੀ ਮੇਰੇ ਫਿਰ ਇੰਗਲੈਂਡ ਚਲੇ ਗਏ ਸੀਗੇ। ਉਸ ਤੋਂ ਬਾਅਦ ਫਿਰ ਸਾਡਾ ਵੀ ਥੋੜ੍ਹੇ ਚੰਗੇ ਦਿਨ ਹਾਂਜੀ ਆਏ। ਦੇਖੋ ਬਹੁਤ ਗਰੀਬੀ ਜਿਹੜੀ ਗੁਰਬਤ ਦੀ ਜ਼ਿੰਦਗੀ ਉਹ ਹੰਢਾਈ ਹੈ, ਪਰ ਮੱਲੀ ਦਾ ਜਿਹੜਾ ਹੱਥ ਉਹ ਪੂਰਾ ਮੱਲੀ ਨੇ ਵੀ ਐਨ ਔਰ ਮੰਨੇ ਪ੍ਰਭਾਨ ਨੇ ਵੀ ਐਨ ਕੱਸ ਕੇ ਫੜਿਆ ਔਰ ਦੁਨੀਆ 'ਤੇ ਇਹ ਮਿਸਾਲ ਕਾਇਮ ਕੀਤੀ ਹੈ ਵੀ ਕੋਈ ਜੇ ਘਰ ਤੋਂ ਗਰੀਬ ਹੈ ਨਾ ਤਾਂ ਮੱਲੀ ਕਰ ਸਕਦਾ, ਪਰ ਜਜ਼ਬਾ ਜਿਹੜਾ ਉਹ ਕਮਾਲ ਹੋਣਾ ਚਾਹੀਦਾ, ਜਿਗਰ ਜਿਹੜਾ ਉਹ ਕਮਾਲ ਹੋਣਾ ਚਾਹੀਦਾ। ਮੰਨੇ ਭਲਵਾਨ ਦੀ ਜ਼ਿੰਦਗੀ ਨੂੰ ਜਿੰਨੇ ਲੋਕਾਂ ਨੇ ਹੈਲਪ ਕੀਤੀ ਹੈ ਮੱਲੀ ਦੇ ਵਿੱਚ, ਚਾਹੇ ਉਹ ਰਾਣਾ ਕੋਚ ਸਾਹਿਬ ਨੇ, ਚਾਹੇ ਉਹ ਪ੍ਰਮੋਟਰਸ ਨੇ, ਚਾਹੇ ਉਹ ਜੱਸਾ ਪੱਟੀ ਭਲਵਾਨ ਹੈ, ਅਸੀਂ ਦਿਲੋਂ ਰਿਣੀ ਹਾਂ ਵੀ ਇਹੋ ਜਿਹੇ ਕਿਸੇ ਨੂੰ ਹੀਰਿਆਂ ਨੂੰ ਅੱਗੇ ਆਉਣਾ ਚਾਹੀਦਾ। ਸਾਡਾ ਇੰਟਰਵਿਊ ਕਰਨ ਦਾ ਮੇਨ ਮਕਸਦ ਇਹ ਜਿਹੜੇ ਰੋਲੇ ਹੋਏ ਕੋਹੇਨੂਰ ਹੀਰੇ ਆ ਇਹਨਾਂ ਨੂੰ ਦੁਨੀਆ ਦੇ ਨਕਸ਼ੇ 'ਤੇ ਲੈ ਕੇ ਆਉਣਾ। ਸੋ ਅਗਰ ਸਾਡਾ ਇਹ ਜਿਹੜਾ ਮਕਸਦ ਹੈ ਉਹਨੂੰ ਸਿਰਾ ਕਰਦੇ ਹੋ ਤਾਂ ਤੁਸੀਂ ਵੀ ਜੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਇਹੋ ਜਿਹਾ ਮੱਲ ਹੈ ਤਾਂ ਸਾਨੂੰ ਦੱਸੋ, ਅਸੀਂ ਆਪ ਜਿਹੜਾ ਉਸ ਮੱਲ ਦੇ ਘਰ ਆ ਕੇ ਜਿਹੜੀ ਇੱਕ ਉਹਨੂੰ ਇੱਕ ਵਿਲੱਖਣ ਪਛਾਣ ਦੇਵਾਂਗੇ। ਸੋ ਮੰਨੇ ਭਲਵਾਨ ਨੇ ਆਪਣੀ ਜ਼ਿੰਦਗੀ ਬਾਰੇ ਬਹੁਤ ਗੱਲਾਂ ਦੱਸੀਆਂ ਔਰ ਬਹੁਤ ਜਿਹੜੀ ਲਾਈਫ ਦਾ ਆਪਣਾ ਸਾਰਾ ਟਾਈਮ ਪੀਰੀਅਡ ਦੱਸਿਆ ਔਰ ਅੱਜ ਦੀ ਜ਼ਿੰਦਗੀ ਔਰ ਪਹਿਲਾਂ ਦੀ ਸਮੇਂ ਦੇ ਪਹਿਲਾਂ ਦੀ ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ, ਅਤੇ ਅੱਜ ਮਹਾਰਾਜ ਦੀ ਕਿਰਪਾ ਪੂਰੀ, ਮਹਾਰਾਜ ਦੀ ਪੂਰੀ ਮਿਹਰ ਹੈ। ਹੁਣ ਤਾਂ ਜਿੱਦਾਂ ਚਲੋ ਜਦੋਂ ਦਾ ਡੈਡੀ ਬਾਹਰ ਗਏ ਆ ਜਦੋਂ ਭਲਵਾਨੀ ਲੈਣ 'ਚ ਫਿੱਟ ਵੀ ਹੋਇਆ, ਉਸ ਤੋਂ ਬਾਅਦ ਕੋਈ ਇੱਦਾਂ ਦੀ ਚੀਜ਼ ਨਹੀਂ ਜਿਹੜੀ ਨਹੀਂ ਮਤਲਬ ਕਿ ਮਹਾਰਾਜ ਨੇ ਬਖਸ਼ੀ ਹੈਗੀ। ਬਿਨਾਂ ਮੰਗੇ ਤੋਂ ਵੀ ਬਹੁਤ ਕੁਛ, ਬਹੁਤ ਵਧੀਆ ਰਾਜਾ ਦੇ ਵਿੱਚ ਖੁਸ਼ ਹਾਂ ਹਾਂਜੀ। ਸੋ ਅੱਜ ਜਿਹੜਾ ਲਾਲੋਂ ਮਜਾਰੇ ਪਿੰਡ ਦੇ ਵਿੱਚ ਇੱਕ ਬਹੁਤ ਹਸੀਨ ਅਤੇ ਇੱਕ ਜੇ ਗੱਲ ਕਰੀਏ ਚੜ੍ਹਦੀ ਕਲਾ ਵਾਲੇ ਇਨਸਾਨ ਨੂੰ ਮਿਲੇ ਹੈ, ਅਤੇ ਮਹਾਰਾਜ ਇਹਨਾਂ 'ਤੇ ਇੰਨੀ ਕੁ ਕਿਰਪਾ ਕਰੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਹੋਵੇ। ਅਤੇ ਦੁਨੀਆ 'ਤੇ ਮੈਂ ਦੇਖਾਂ ਵੀ ਵਰਲਡ ਦੇ ਕੋਨੇ ਕੋਨੇ ਦੇ ਵਿੱਚੋਂ ਸਨਮਾਨਾਂ ਦੀ ਝੜੀ ਹੈ, ਆ ਜਾਓ ਤੁਹਾਨੂੰ ਇੱਕ ਵਿਜ਼ਿਟ ਬਾਈ ਦੇ ਸਨਮਾਨਾਂ ਦੀ ਜ਼ਰੂਰ ਕਰਾਉਣੀ ਹੈ ਔਰ ਇਕੱਲੇ ਇਕੱਲੇ ਮਾਣ ਸਨਮਾਨ ਦਾ ਬਾਈ ਤੋਂ ਆਪਾਂ ਪੁੱਛਾਂਗੇ ਵੀ ਕਿਹੜਾ ਕਿਹੜੀ ਕੰਟਰੀ ਤੋਂ ਜਿੱਤਿਆ ਔਰ ਕਿਹੜੇ ਮੱਲ ਨੂੰ ਚਿੱਤ ਕਰਕੇ ਜਿੱਤਿਆ। ਸੋ ਆਓ ਚੱਲੀਏ ਇੱਕ ਵਾਰੀ ਆਪਾਂ ਦਿਖਾਈਏ ਬਾਈ ਦੀਆਂ ਪ੍ਰਾਪਤੀਆਂ ਨੂੰ। ਸੋ ਮੰਨੇ ਬਾਈ ਦੇ ਮਾਤਾ ਜੀ ਆਪਣੇ ਨਾਲ ਨੇ ਔਰ ਮਾਵਾਂ ਠੰਡੀਆਂ ਛਾਵਾਂ, ਕਿਸੇ ਜੇ ਗੱਲ ਕਰੀਏ ਮਹਾਨ ਸ਼ਾਇਰ ਦੀਆਂ ਗੱਲਾਂ ਲਿਖੀਆਂ। ਮਾਤਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਵਾਗਤ। ਸ਼ੁਕਰੀਆ ਪੁੱਤ ਤੁਹਾਡਾ ਬਹੁਤ ਬਹੁਤ ਪੁੱਤ। ਮਾਤਾ ਜੀ ਤੁਹਾਡਾ ਨਾਮ ਕੀ ਹੈ? ਰੇਸ਼ਮ ਕੌਰ। ਰੇਸ਼ਮ ਕੌਰ। ਅਤੇ ਮੰਨੇ ਦੇ ਫਾਦਰ ਸਾਹਿਬ ਦਾ ਨਾਮ ਕੀ ਹੈ? ਗਿਆਨ ਸਿੰਘ। ਗਿਆਨ ਸਿੰਘ। ਅਤੇ ਮਾਤਾ ਜੀ ਕਿਹੜੇ ਸਨ 'ਚ ਮੈਰਿਜ ਹੁੰਦੀ ਹੈ ਤੁਹਾਡੀ? ਸਨ 78 'ਚ ਪੁੱਤ। ਅਤੇ ਵੀਰ ਦਾ ਜਨਮ? 90 ਦਾ ਪੁੱਤ। 90। ਅਤੇ ਮਾਵਾਂ ਠੰਡੀਆਂ ਛਾਵਾਂ ਕਿਸੇ ਨੇ ਐਵੇਂ ਨਹੀਂ ਲਿਖਿਆ। ਅਤੇ ਮਾਤਾ ਜੀ ਤੁਸੀਂ ਮੰਨੇ ਨੂੰ ਭਲਵਾਨੀ ਵੀ ਕਰਾਈ ਔਰ ਗਰੀਬੀ ਦਬਕਾ ਵੀ ਦੇਖਿਆ, ਇਹ ਸਾਰਾ ਕਿਵੇਂ ਤੁਸੀਂ ਹੈਂਡਲ ਕੀਤਾ? ਪੁੱਤ ਉਸ ਵਾਹਿਗੁਰੂ ਦੇ ਲੜ ਲੱਗੇ ਹੋਏ ਹਾਂ ਬੇਟਾ ਪਹਿਲਾਂ ਤੇ, ਉਸ ਵਾਹਿਗੁਰੂ ਨੇ ਜੋ ਕੀਤਾ ਉਹਨੇ ਕੀਤਾ ਪੁੱਤ, ਉਹਨੇ ਗਰੀਬੀ ਚੱਕੀ, ਉਹਨੇ ਸਾਰਾ ਕੁਛ ਕੀਤਾ, ਉਹਨੇ ਇਹਨੂੰ ਭਲਵਾਨ ਬਣਾਇਆ ਮਹਾਰਾਜ ਨੇ, ਅਸੀਂ ਨਹੀਂ ਬਣਾਉਣ ਵਾਲੇ ਪੁੱਤ। ਅੰਕਲ ਜੀ 16 ਸਾਲਾਂ ਤੋਂ ਬਾਅਦ ਤਾਂ ਪੁੱਤ ਪਹਿਲਾਂ ਤਾਂ ਵੱਖਾ ਹੀ, ਉਹਨੇ ਤਾਂ ਸਵਾਰ ਕੇ ਨਿਆਣੇ ਦੇਖੇ ਵੀ ਨਹੀਂ ਆਪਣੇ, ਹਾਂ ਉਹਨੇ ਤਾਂ ਦੇਖੇ ਵੀ ਨਹੀਂ, ਉਹ ਤਾਂ ਪਾਲੇ ਹੀ ਆ ਸਮਝ। ਅਤੇ ਇੱਕ ਤਾਂ ਵੀਰ ਹੈ ਅਤੇ ਨਾਲ ਬੇਟੀਆਂ ਵੀ ਨੇ? ਬੇਟੀਆਂ ਪੁੱਤ 5, ਇਹ ਛੋਟਾ ਆ। ਹਾਂ ਅਤੇ 5 ਬੇਟੀਆਂ ਤੋਂ ਬਾਅਦ ਇਕੱਲਾ ਵੀਰ ਦੇਖ ਲਾ 25 ਲੱਖ, ਪਰਮਾਤਮਾ ਦੀ ਕਿੱਡੀ ਕਿਰਪਾ ਹੈ। ਅਤੇ ਬੇਟੀਆਂ ਵੀ ਫਿਰ ਆਪੋ ਆਪਣੇ ਘਰਾਂ 'ਚ? ਪੁੱਤ ਘਰ ਆ, ਬਹੁਤ ਵਾਹਿਗੁਰੂ ਦੀ ਦਇਆ, ਬੱਚੇ ਮੇਰੇ ਸਾਰੇ ਠੀਕ ਸੀਗੇ, ਇੱਦਾਂ ਨਹੀਂ ਮੈਂ ਗੱਲ ਉੱਪਰ ਮੂੰਹ ਚੱਕ ਕੇ ਕਰ ਸਕਦੀ ਹਾਂ,
परमात्मा की कृपा जी। हाँ जी हाँ जी पुत वाहेगुरु की मेहर आ पुत। देखो चेहरा जिहड़ा एक रोमांटिक जो लूम लूम जे खड़े हो रहे हैं चेहरा देख के भी माता की चढ़ती कला बच्चों करके होंगी और पुत ने जो दुनिया से नाम कमाया और नशे पत्ते से दूर है यही जे माँ प्यो अज के एक्सैप्ट कर रहे हैं भी साढ़े पुत क्यों माता जी नशिया का छेवं दरिया चल रहा है और दुनिया से पता ही नहीं लोग कैसे कैसे नशे कर सारे यही दवा कर दी है जिदा का महाराज ने यह शेर दिता है सब न इदा का ही दे माँ माण है सारे पिंड सब दुनिया से माण है सब नु माण है हाँ सब नु माण है पुत माता जी फिर बई खुराक पानी मंगद हाँ आप दिनी दुध अद कि पी लें फिर दुध जिन्ना ए जी करे पुत मैं अपनी मर्जी ने जो मर्जी खिलावा ए ना नहीं कदे की बदामा दे कहंदे नहीं भी जद गरीबी दौर हुंदा जद पैसे की कमी हुंदी है ते जद भी जद छोले खा के पल गए ते हुण बदामा दी बोरी ल्यांदे सी एदां दा मन च नहीं रख्या वाहेगुरु दी बहुत दया इन्हां दे जिहड़े फादर साहब आ उन्हां नूं खुल्ला जिहड़ा बाई ने दस्सिया भी सानू भी जिहड़ा चाह सी भी मल बणे इह ते हां पुत हां इदां ही सी असीं इहदे लई बेटियां लई भी आप भी तंगी पुत्रा भी शक सी पर असीं मन तंग नहीं कीता उस वाहेगुरु दे आसरे रबी रूहां मिलियां अज वाहेगुरु दे आसरे बहुत महाराज की कृपा बहुत कृपा महाराज की सारी तरह देखो शुकर ही मनाई जांदे ने शुकर ही मनाई जांदे ने बाकी जे शुकर वाली जे परमात्मा ने बड़ी मेहर की है तो इन्हां दी फैमिली दे उत्ते की है सो माता जी ने आके साडे जिहड़े शो नूं चार चन्न लाते हैं सो असीं दिलों ऋणी रहांगे माता जी तुसीं शो दे विच आए हो और एडी तुसीं महान मल नूं जन्म दिता है और अज बाई दा नाम जिहड़ा पूरा दुनिया दे पुत वाहेगुरु दा आ इह वाहेगुरु दा ही है अपना नहीं है इह वाहेगुरु दा ही आ हाँ वाहेगुरु का ही है बेटा राजी रहो सारा कुछ महाराज की देने पुत हाँ वो तो असी लख लख शुकर करिए किसी नूं महाराज जिदा कहिंदे हुंदे बीमारी ना देवे किसी दे घर कोई कलेश ना होवे वाहेगुरु अपना हथ रखे मैं तो यही कहूँगी सो बहुत बहुत धन्यवाद माता जी तुसी आए शो दे विच ते माता जी ने जिहड़े साढ़े रोम रोम खड़े करते और अज भी इन्नी एनर्जी है कि मावा पुत नूं शेर बना दिंदियां सो इन्नी एनर्जी दित्ती है और इन्नी मोटीवेशन दित्ती है इन्ना हौसला दिता कि पुत अज बुलंदियां दे उत्ते है सो सलाम इहो जिहियां सारियां मावा नूं जिन्हां ने बली पुत जम्मे और बली पुत अज अखाड़ियां दे विच जिहड़ियां वड्डियां जिहड़ियां जित्तां उह प्राप्त करदे है सो बहुत बहुत धन्यवाद है माता जी तुसी शो दे विच पहुंचे हो ते हुण जिहड़ियां ट्रॉफी दीयां गल्लां आपां कल्ले कल्ले मैडल वाले वीर तो जिहड़ी जानकारी लवांगे और नाल ही जिहड़ी बेंच प्रेस बाई ने बाहर लाई है उहदे बारे आपां पता करांगे भी किन्ना क वेट है और किन्नी क प्रैक्टिस जिहड़ी अज दे जिहड़ी कोविड दे पीरियड दे विच तुसी करदे हो सो गल्लां बातां जारी रहणगे जुड़े रहो साडे नाल। बई मल्ली दी दुनिया दे विच तुसी दर बदर जिहड़ियां स्टैपां चढ़दे रहे उतार चढ़ा आए सट्टां भी बजियां और जिंदगी दे हर एक पल ते नवा एक्सपीरियंस हुंदा और जिंदगी दे हर एक पल ते नवे दोस्त मिलदे है नवे मित्र मिलदे है इस जिंदगी दे विच खास यार दोस्तां दा कोई रोल हुंदा वो तुहाडे किहड़े यार दोस्त जी? सब तो पहला तां जिद्दां मेरे चाचा जी आ इंग्लैंड दे विच ही आ उह मेरे जिद्दां फादर समान भी आ साड़ी यारी दोस्ती भी इदा ते उस तो बाद मेरे उस्ताद जी राणा भलवान ते मेरे इदा उस्ताद समान है बेला भाजी गुणा चौर समान ते उन्हां दा मेरी लाइफ दे विच मेरी गेम दे विच भी बहुत वड्डा रोल आ इस एरिए दा मैं कहना वड्डा नाम है बेला भाजी गुणा चौरी है ते कहिंदे प्लेयरां नूं बड़ा सपोर्ट करदे आ ते किवें देखदे भाई मेरा ख्याल मैं भाजी दा पहला शिगिरद आ जिदा 2011 ਦੇ ਵਿੱਚ ਮੈਂ ਭਾਜੀ ਨਾਲ ਜੁੜਿਆ ਸੀਗਾ ਅਤੇ 10-11 ਸਾਲ ਹੋ ਗਏ ਆ ਅਤੇ ਉਹ ਜਿੱਦਾਂ ਇੱਕ ਮਰਿਓ 'ਚ ਨਹੀਂ ਜਾਨ ਪਾਉਣ ਵਾਲਾ ਕੰਮ ਹੁੰਦਾ ਨਾ ਗੱਲਾਂ ਗੱਲਾਂ 'ਚ ਬੰਦੇ ਨੂੰ ਜਿੱਦਾਂ ਮਰਿਓ ਬੰਦੇ ਨੂੰ ਕਹਿੰਦੇ ਖੜ੍ਹਾ ਕਰਨ ਵਾਲਾ ਇੱਦਾਂ ਦਾ ਮਤਲਬ ਕਿ ਉਹ ਆਪਣਾ ਰੱਖਦੇ ਆ ਦੇਖੋ ਮੋਟੀਵੇਸ਼ਨ ਦੀ ਅਗਰ ਗੱਲ ਕਰੀਏ ਤਾਂ ਇੰਨੀ ਫਾਸਟ ਮੋਟੀਵੇਸ਼ਨ ਹੈ ਕਿ ਬੰਦੇ ਅੰਦਰ ਇੰਨਾ ਕੁ ਜਜ਼ਬਾ ਪੈਦਾ ਕਰਨਾ ਨਾ ਵੀ ਤੂੰ ਕੁਛ ਕਰ ਸਕਦਾ ਸੋ ਇਸ ਏਰੀਏ ਦੇ ਵਿੱਚ ਵੱਡਾ ਨਾਮ ਹੈ ਬਿੱਲਾ ਗੁਣਾ ਚੌਰ
सो बड़िया जड़िया प्राप्तियां कराइया एरिए व्डे मल जोड़े उठे है सो बड़ी देना है। बहुत बहुत धन्यवाद है बिल्ला भाजी थोड़ा मन्ने की जिंदगी आने नाल और मन्ने की जिंदगी जेडी चन्न चार लाने। हाँ जी हाँ जी भाजी बहुत बड़ा भाजी रोल है उन्हों का। मैं दिलों धन्यवाद मैं मतलब कि मेरे कोई शब्द नहीं है उन्होंने दुआ करने लिए ना बहुत बड़ा रोल है मेरी लाइफ के। मन्ने भलवान जी लास्ट क्वेश्चन है मल्ली तुसी आप घुले हो और मल्ली का थोनू तजर्बा है और मल्ली दे विच जो मतलब गलतियां ने जां मतलब जो मल्ली दे विच जिहड़ी ना पसंद करन वालियां गल्लां है ते की कहना चाहोगे सारी मल्ली बारे। जिदा पहला तो मैं कमेटियां नूं कहना चाहूँगा तो सारे भलाना नूं एक निगाह नाल देखना ना इदां नहीं कोई ये बाहरों आया आ जिदा हुण बाहरों भी फॉरनर आउंदे इत्थे भलवान आउंदे आ ना उहनां नूं ज़्यादा अपणिआं नूं थल्ले सैट लैंदे आ उहनां नूं उपर चक लैंदे आ ना ये काम नहीं करना चाहिए क्यों ये नाल अपने जिहड़ा इत्थे भलवान है उन्हां दा दिल बहुत टुटदा है इस चीज़ का क्यों लख लख लैके जा रहे हैं तो इत्थे जिहड़े अपने उन्हां नूं तुसीं 10,000 20,000 ये चीज़ जिन फर्क नहीं करना चाहिए ये चीज़ मैं कहना चाहना भी थोड़ा जिहा कमेटियां नूं ये चीज़ वल ख्याल करना चाहिए आप मल करके आउण खड़े जाके इदा खलीफियां दे हत्थ बस ना सारा कुछ छड्डण। सो बहुत ही सोहना मैसेज दिता है दंगल कमेटियां नूं भी और दंगल जिहड़े करवाउंदे आ सारे बछिंदियां नूं भी सो बहुत बहुत धन्नवाद है। रंग जिंदगी दे प्रोग्राम दे विच मन्ना भाजी साढ़े आए भलवान जी इस एरिए दा माण ने सो बहुत बहुत धन्नवाद है तुसी साढ़े इस रंग जिंदगी दे प्रोग्राम दे विच आए। भाई तुहाडा वी बहुत बहुत धन्नवाद तुसी जिहड़े साढ़े घर जिदा चल के आए है ना जिदा एक लुगियो चीज़ नूं दुबारा उपर मतलब कि सारे दे रूबरू करना तुहाडा भाई बहुत बहुत धन्नवाद करदा मैं। सो मन्ने भाई तुसी है स्टार ते असी सिर्फ उन्हां मल्लां दी गल कर रहे हैं जिहड़े थोड़े जे साइड ते हो रहे और सारे जिहड़े मल्ली दे प्रमोटर है वो एक बारी ध्यान नाल देखो दुनिया दे बली मल होए हैं और कोई मल दुनिया ते नहीं छड्डिया जिहड़ा नहीं टाया सट्टां फेटां बजदियां रहणियां। सो साडियां प्रबंधक कमेटियां नूं साडे प्रमोटरां नूं इहो जे मल्लां दा जिहड़ा साथ देना चाहीदा है अज भी मल खड़े है और अज भी उन्ना ही जज्बा है। सो मन्ने भलवान दा रंग जिंदगी दे प्रोग्राम दे विच आउण ते बहुत बहुत धन्नवाद साडी सारी टीम जिहड़ी रिणी रहेगी। सो अगर गल्लबात वधिया लगी तां लाइक शेयर ते वध तों वध जिहड़ा फोकस करिओ। सो बहुत बहुत धन्नवाद मैं सिमरनजीत सिंह चीमा रंग जिंदगी दे।